ਮੀਡੀਆ ਚ ਖਬਰਾਂ ਸੁਣਨ ਨੂੰ ਮਿਲ ਰਿਹਾ ਕਿ ਇੱਕ ਅਕਾਲੀ ਬੜੇ ਅਕਾਲੀ ਲੀਡਰ ਦਾ ਬੇਟਾ ਹਿਮਾਚਲ ਦੇ ਸ਼ਿਮਲਾ ਵਿਖੇ ਨਸ਼ੇ ਦੀ ਵੱਡੀ ਖਪਤ ਨਾਲ ਵੱਡੀ ਖੇਪ ਨਾਲ 42 ਗ੍ਰਾਮ ਨਸ਼ੇ ਦੀ ਖੇਪ ਨਾਲ ਜਿਹੜਾ ਫੜਿਆ ਗਿਆ ਔਰ ਪੰਜਾਬ ਦੇ ਵਿੱਚ ਨਸ਼ੇ ਦੀ ਜੜ ਲਾਉਣ ਵਾਲੇ ਇਹੀ ਲੋਕ ਨੇ ਅਕਾਲੀਆਂ ਕੰਧ ਚ ਇਹਨਾਂ ਨੇ ਪੰਜਾਬ ਦੇ ਵਿੱਚ ਨਸ਼ੇ ਦੀ ਜੜ ਲਾਈ ਹੈ। ਸੋ ਇੱਕ ਪਾਸੇ ਇਹ ਤੁਰੇ ਫਿਰਦੇ ਨੇ ਕਿ ਪੰਜਾਬ ਬਚਾਓ ਯਾਤਰਾ ਲਈ ਫਿਰਦੇ ਨੇ, ਹਕੀਕਤ ਦੇ ਵਿੱਚ ਪੰਜਾਬ ਨੂੰ ਜਿਹੜਾ ਨਸ਼ੇ ਤੇ ਲਾਉਣ ਵਾਲੇ ਇਹੀ ਅਕਾਲੀ ਨੇ, ਇਹਨਾਂ ਤੋਂ ਅਗਰ ਅਸੀਂ ਪੰਜਾਬ ਨੂੰ ਬਚਾਉਣਾ, ਅਸੀਂ ਰਲ ਮਿਲ ਕੇ ਪੰਜਾਬ ਨੂੰ ਇਹਨਾਂ ਤੋਂ ਹੀ ਬਚਾਉਣਾ ਜਿਹਨਾਂ ਨੇ ਪੰਜਾਬ ਦੀ ਨੌਜਵਾਨੀ ਜਿਹੜੀ ਖਤਮ ਕੀਤੀ ਆ। ਔਰ ਮੈਂ ਹਿਮਾਚਲ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਅਕਾਲੀ ਲੀਡਰ ਦਾ ਮੁੰਡਾ ਜਿਹੜਾ ਨਸ਼ੇ ਦੀ ਵੱਡੀ ਖੇਪ ਨਾਲ ਫੜਿਆ ਗਿਆ, ਇੱਥੇ ਕਾਨੂੰਨ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਨਸ਼ਾ ਲੋਕਾਂ ਚ ਵੰਡਣਾ ਤੇ ਨਸ਼ੇ ਦੀ ਤਸਕਰੀ ਕਰਨਾ ਕਿੱਡਾ ਜੁਰਮ ਹੈ। ਸੋ ਆਓ ਸਾਰੇ ਰਲ ਕੇ ਆਪਣੀ ਨੌਜਵਾਨੀ ਨੂੰ, ਆਪਣੇ ਪੰਜਾਬ ਨੂੰ ਇਹਨਾਂ ਠੱਗਾਂ ਲੁਟੇਰਿਆਂ ਤੋਂ, ਇਹਨਾਂ ਨਸ਼ੇ ਤਸਕਰਾਂ ਤੋਂ ਬਚਾਈਏ।